ਤੇ ਪੰਜਾਬ ਵਿੱਚ ਵੱਖ ਵੱਖ ਥਾਵਾਂ ਤੇ 2015 ਵਿੱਚ ਹੋਈਆਂ ਬੇਅਦਬੀਆਂ ਕਾਰਨ ਪੰਜਾਬ ਵਿੱਚ ਸਿੱਖਾਂ ਦੇ ਧਾਰਮਿਕ ਗ੍ਰੰਥ ਅਤੇ ਗੁਟਕਾ ਸਾਹਿਬ ਦੀਆਂ ਬੇਅਦਬੀਆਂ ਕਾਰਨ ਮਾਹੌਲ ਕਾਫੀ ਖਰਾਬ ਹੋ ਗਿਆ ਸੀ। ਇਸ ਕਾਰਨ ਸਿੱਖਾਂ ਵਿੱਚ ਗੁਰੂ ਗ੍ਰੰਥਾਂ ਅਤੇ ਗੁਟਕਾ ਸਾਹਿਬ ਦੀਆਂ ਬੇਅਦਬੀਆਂ ਕਾਰਨ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਦੇ ਨਾਲ ਗੁੱਸਾ ਵੀ ਸੀ ਤੇ ਇਸ ਦੇ ਸੰਬੰਧ ਵਿੱਚ ਸਿੱਖ ਸੰਗਤ ਵੱਲੋਂ ਕਈ ਦਿਨਾਂ ਤੱਕ ਸੜਕਾਂ ਜਾਮ ਲਗਾ ਕੇ ਆਪਣਾ ਗੁੱਸਾ ਵੀ ਦਿਖਾਇਆ ਗਿਆ। ਪੰਜਾਬ ਵਿੱਚ ਇਸ ਨੂੰ ਲੈ ਕੇ ਸੱਤਾ ਵਿੱਚ ਵੀ ਫੇਰ ਬਦਲ ਹੋ ਕੇ ਸੱਤਾ ਤੇ ਕਾਂਗਰਸ ਦੀ ਸਰਕਾਰ ਵੱਲੋਂ ਕਾਬਜ਼ ਹੋਣ ਲਈ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਜੋ ਬੇਅਦਬੀਆਂ ਕਰਨ ਵਾਲੇ ਲੋਕ ਹਨ ਉਹਨਾਂ ਨੂੰ ਸਰਕਾਰ ਬਣ ਜਾਣ ਤੇ ਹੀ ਗ੍ਰਿਫਤਾਰ ਕਰਕੇ ਜਲਦੀ ਸਿੱਖ ਸੰਗਤਾਂ ਨੂੰ ਇਨਸਾਫ ਦਵਾਇਆ ਜਾਵੇਗਾ। ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਤਾਂ ਬਣ ਗਈ, ਲੇਕਿਨ ਸਰਕਾਰ ਵੱਲੋਂ ਇਸ ਤੇ ਜਾਂਚ ਕਮਿਸ਼ਨਰ ਜੱਜ ਰਣਜੀਤ ਸਿੰਘ ਨੂੰ ਇਸ ਮਾਮਲੇ ਦੀ ਜਾਂਚ ਕਰਕੇ ਆਪਣੀ ਰਿਪੋਰਟ ਦੇਣ ਤੇ ਹੁਕਮ ਜਾਰੀ ਕੀਤੇ ਗਏ। ਪਿੰਡ ਕਾਲੀਆ ਦੇ ਗੁਰੂ ਘਰ ਦੇ ਸਾਹਮਣੇ ਵੀ ਮਿਤੀ 16 ਅਕਤੂਬਰ 2015 ਨੂੰ ਗੁਰੂ ਘਰ ਦੇ ਸਾਹਮਣੇ ਗੁਟਕਾ ਸਾਹਿਬ ਦੇ ਪੰਨੇ ਫਾੜ ਕੇ ਸੁੱਟ ਦਿੱਤੇ ਗਏ ਸਨ। ਉਸ ਦੀ ਜਾਂਚ ਅੱਜ ਪੰਜਾਬ ਸਰਕਾਰ ਵੱਲੋਂ ਲਾਏ ਗਏ ਜੱਜ ਰਣਜੀਤ ਸਿੰਘ ਵੱਲੋਂ ਪਿੰਡ ਅਕਾਲੀਆ ਵਿੱਚ ਆ ਕੇ ਕੀਤੀ ਗਈ। ਜੰਜ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਲਈ ਉਹਨਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਜੋ ਉਸ ਵਕਤ ਮੌਕੇ 'ਤੇ ਮੌਜੂਦ ਸਨ। ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਬਿਆਨ ਨੂੰ ਕਮਲਬੰਦ ਕੀਤਾ ਗਿਆ। ਇਸ ਸੰਬੰਧੀ ਜੱਜ ਰਣਜੀਤ ਸਿੰਘ ਵੱਲੋਂ ਇਸ ਪੂਰੇ ਮਾਮਲੇ 'ਤੇ ਆਖਿਆ ਕਿ ਅਸੀਂ ਜੱਜ ਮਾਨਸਾ ਦੇ ਪਿੰਡ ਅਕਲੀਆਂ ਵਿੱਚ ਹੋਈ ਬੇਅਦਬੀ ਦੀ ਜਾਂਚ ਸੰਬੰਧੀ ਜਾਣਕਾਰੀ ਹਾਸਲ ਕੀਤੀ ਹੈ, ਇਸ 'ਤੇ ਜਲਦੀ ਰਿਪੋਰਟ ਬਣਾ ਕੇ ਸਰਕਾਰ ਨੂੰ ਪੇਸ਼ ਕੀਤੀ ਜਾਵੇਗੀ। ਉਹਨਾਂ ਵੱਲੋਂ ਆਖਿਆ ਗਿਆ ਕਿ ਅਸੀਂ ਪੂਰੇ ਮਾਮਲੇ ਦੀ ਰਿਪੋਰਟ ਹੋਰ 2 ਮਹੀਨਿਆਂ ਵਿੱਚ ਤਿਆਰ ਕਰਕੇ ਸਰਕਾਰ ਨੂੰ ਸੌਂਪ ਦੇਵਾਂਗੇ। ਦੇਖੋ ਗੱਲ ਇਹ ਹੈ ਜੀ, ਕਰੀਬ 2-3 ਸਾਲ ਹੋ ਗਏ ਜਿਵੇਂ ਗੁਟਕਾ ਸਾਹਿਬ ਦੀ ਬੇਅਦਬੀ ਇੱਥੇ ਹੋਈ ਸੀ, ਗੁਰੂ ਗ੍ਰੰਥ ਸਾਹਿਬ ਦੀ ਹੋਈ ਸੀ ਬਗਰਾੜੀ ਦੇ ਵਿੱਚ। ਬਗਰਾੜੀ ਦੇ ਵਿੱਚ ਬੰਦੇ ਸਾਰੇ ਸ਼ੋਅ ਹੋ ਗਏ, ਪਤਾ ਲੱਗ ਗਿਆ, ਪਰ ਸਰਕਾਰ ਨੇ ਹਜੇ ਤੱਕ ਕੁਛ ਨਹੀਂ ਕੀਤਾ, ਨਿਰਪੱਖ ਜਾਂਚ ਕੋਈ ਨਹੀਂ ਕੀਤੀ। ਜੋ ਇਹ ਕਮਿਸ਼ਨਰ ਸਾਹਿਬ ਆਏ ਆਉਂਦੇ ਨੇ ਜਾਂਚ ਕਰ ਰਹੇ ਨੇ, ਇਹ ਵੀ ਸਰਕਾਰਾਂ ਦੇ ਥਰੂ ਮਤਲਬ ਇਹ ਗੱਲਾਂ ਨੂੰ ਜਿਹੜੀ ਸਹੀ ਹੈ ਉਹਨੂੰ ਦਬਾਉਣਾ ਚਾਹੁੰਦੇ ਨੇ। ਸਹੀ ਜਾਂਚ ਨਹੀਂ ਹੋ ਰਹੀ, ਜੇ ਸਹੀ ਜਾਂਚ ਕਰਨ 'ਤੇ ਆਵੇ ਸਰਕਾਰ ਤਾਂ 2 ਮਿੰਟਾਂ 'ਚ ਬੰਦਿਆਂ ਨੂੰ ਲੱਭ ਲੈਂਦੇ ਨੇ। ਇੱਥੇ ਵੀ ਬੰਦਾ ਲੱਭੇ ਪਏ ਨੇ, ਬਗਰਾੜੀ ਦੇ ਵਿੱਚ ਵੀ ਲੱਭੇ ਪਏ ਨੇ, ਅਤੇ ਉੱਥੇ ਸਿੱਖ ਕੌਮ ਨੇ ਫਿਰ 1 ਜੂਨ ਨੂੰ ਸੰਘਰਸ਼ ਰੱਖਿਆ ਹੋਇਆ। ਪਰ ਲੇਕਿਨ ਜਿਹੜਾ ਇਹ ਹੈਗਾ, ਇਹਨਾਂ ਦੇ ਉੱਤੇ ਦਬਾਅ ਹੈਗਾ, ਇਹ ਸਰਕਾਰਾਂ ਦਾ ਦਬਾਅ, ਨਿਰਪੱਖ ਜਾਂਚ ਨਹੀਂ ਹੋ ਰਹੀ। ਜੇ ਸਰਕਾਰ ਆਪਦੇ 'ਤੇ ਆਵੇ ਤਾਂ ਉਹ ਮੁੱਦੇ ਨੂੰ ਜਿਵੇਂ ਸਾਹਮਣੇ ਨੰਗਾ ਚਿੱਟਾ ਕਰਕੇ ਸਾਹਮਣੇ ਰੱਖ ਦੇ, ਕੌਮ ਦੇ ਸਾਹਮਣੇ ਰੱਖੇ, ਕਿਉਂਕਿ ਕਿਉਂ ਸਾਡੇ ਹਿਰਦੇ ਬਲੂੰਦਰੇ ਨੇ ਅਤੇ ਸਾਡੇ 'ਤੇ ਇਹ ਜਦੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਸਾਨੂੰ ਸਮਾਂ ਇਹ ਨੋਣ ਵਾਲੀਆਂ ਗੱਲਾਂ ਕਰਦੇ ਨੇ। ਅਤੇ ਅਕਲੀਆ 'ਚ ਮਹਾਰਾਜ ਸਾਹਿਬ ਦੇ ਅੰਗ ਪੋਥੀ ਦੇ ਪਾੜ ਕੇ ਸੁੱਟੇ ਗਏ ਸੀ, ਉਹ ਇੱਥੋਂ ਦੇਖੇ ਗਏ ਸੀ ਅਤੇ ਉਹਦੀ ਇਨਵੈਸਟੀਗੇਸ਼ਨ 'ਤੇ ਇਨਕੁਆਇਰੀ ਕਰਦੇ ਸੀ। ਸਾਡਾ ਵਿਜ਼ਿਟ ਜਿਹੜੀ ਹੈ ਇਹ ਮਾਨਸਾ ਅਤੇ ਬਠਿੰਡਾ ਦੀ ਹੁਣ ਆਖਰੀ ਹੈ, ਬਾਕੀ ਸਾਰੇ ਅਸੀਂ ਜਾ ਚੁੱਕੇ ਹਾਂ ਜਗ੍ਹਾ 'ਤੇ। ਹੁਣ ਅਸੀਂ ਰਿਪੋਰਟ ਤਿਆਰ ਕਰਕੇ ਜਦੋਂ ਹੀ ਤਿਆਰ ਹੋ ਜਾਏਗੀ ਸੀ, ਹੋ ਸਕਦਾ ਹੈ ਕਿ 1-2 ਮਹੀਨੇ